ਅਸਲਾਮ ਅਲੈਕੁਮ, ਕੀ ਹਾਲ ਮੇਰੇ ਭੈਣ ਭਾਈਓ? ਅਲਹਮਦੁਲਿਲਾ, ਅਸੀਂ ਠੀਕ ਹਾਂ। ਉਮੀਦ ਹੈ ਕਿ ਤੁਸੀਂ ਠੀਕ ਹੋ। ਸੋ ਅੱਜ ਜਿਹੜਾ ਅਸੀਂ ਅੰਦਰੋਂ ਕਰਨੀ ਹੈ ਸਫਾਈ, ਕਿਉਂਕਿ ਕਾਫੀ ਬਰਤਨ ਵਗੈਰਾ ਹਿੱਟ ਲੱਥੇ ਹੋਣ ਤੇ ਮੇਰਾ ਦਿਲ ਨਹੀਂ ਆਉਂਦਾ ਵੀ ਮੈਂ ਬਰਤਨ ਜਿਹੜੇ ਲਾਏ ਹੋਣ ਉਹ ਧੋ ਕੇ ਮੈਂ ਉੱਤੇ ਟਾਂਗ ਦੇਵਾਂ, ਕਿਉਂਕਿ ਕਾਫੀ ਗੱਟਾ ਵਗੈਰਾ ਹਨੇਰੀਆਂ ਹੀ ਆਉਂਦੀਆਂ ਰਹੀਆਂ ਤੇ ਕਾਫੀ ਜਿਹੜਾ ਗੱਟਾ ਬਣ ਕੇ ਤੇ ਬਰਤਨਾਂ ਦੇ ਉੱਤੇ ਛਾੜ ਤੇ ਵੀ ਹੈ ਤੇ ਮੈਂ ਜਿਹੜਾ ਸਾਰਾ ਵੀ ਅੰਦਰੋਂ ਸਮਾਨ ਕੱਢ ਦਿੰਦੀ ਹਾਂ ਬਾਹਰ, ਕਿਉਂਕਿ ਪੇਟੀ ਤਾਂ ਨਹੀਂ ਕੱਢਣੀ ਨਾ ਦਾਣਿਆਂ ਲਈ ਤੇ ਨਾ ਦੂਸਰੀ, ਤੇ ਜਿਹੜੀਆਂ ਚਾਰ ਪਾਈਆਂ ਵੀ ਪਈਆਂ ਤੇ ਨਾਲ ਬਰਤਨ ਹੀ ਇਹ ਲਾ ਕੇ ਮੈਂ ਬਾਹਰ ਪਹਿਲੇ ਧੋ ਲੈਂਦੀ ਹਾਂ, ਉਸ ਤੋਂ ਬਾਅਦ ਅੰਦਰੋਂ ਸਫਾਈ ਕਰਕੇ ਜੋੜਦੀ ਸਾਂ। ਪਹਿਲੇ ਤਾਂ ਚਾਰ ਪਾਈਆਂ ਕੱਢਣੇ ਆ ਤੇ ਬਰਤਨ, ਉਸ ਤੋਂ ਬਾਅਦ ਬੱਗੀ ਔਰਾਂ ਤੋਂ ਥੋੜ੍ਹਾ ਜਿਹਾ ਗਾਰਾ ਬਣਵਾ ਕੇ ਮੈਂ ਤਲੇ ਦੀ ਵੀ ਲਿਪਾਈ ਕਰ ਲਈ ਸਾਂ ਅੱਛੀ ਤਰ੍ਹਾਂ, ਤੇ ਨਾਲ ਮੰਜੀਆਂ ਵੀ ਤੇ ਵਿਛਾਵਣੇ ਸਭ ਧੋ ਲਈ ਸਾਂ, ਕਿਉਂਕਿ ਸਫਾਈ ਹੋ ਜਾ ਸੀ ਈਦ ਦੇ ਰਹਿ ਗਏ ਥੋੜ੍ਹੇ ਦੇ। ਤੇ ਮੈਂ ਜਿਹੜਾ ਹੁਣ ਪੂੰਝ ਲੈਂਦੀ ਹਾਂ, ਕਿਉਂਕਿ ਸੁਬਹਾ ਨਾਲ ਤਾਂ ਸਾਰੀਆਂ ਚਾਰ ਪਾਈਆਂ ਮੈਂ ਅੰਦਰ ਪਾਈਆਂ ਤੇ ਹੁਣ ਮੈਂ ਪਾ ਦੇਣੀ ਆ ਸਾਰੀਆਂ ਸ਼ੈਡ ਦੇ ਬਾਹਰ, ਕਿਉਂਕਿ ਬਾਹਰ ਸ਼ੈਡ ਵੇਖ ਜੀ ਛਾਂ ਹੋ ਸੀ, ਉੱਥੇ ਵੀ ਬੰਦਾ ਪੱਖਾ ਲਾ ਦਿੰਦਾ ਛਾਂ ਤੇ। ਪਹਿਲੇ ਜਿਹੜਾ ਉੱਤੋਂ ਮੈਂ ਵਿਛਾਵਣੇ ਤੇ ਸਿਰਾਣੇ ਹੀ ਵਲੇਟ ਲੈਂਦੀ ਹਾਂ, ਉਸ ਤੋਂ ਬਾਅਦ ਮੰਜੀਆਂ ਵੀ ਬਾਹਰ ਕੱਢ ਲੈਂਦੀ ਹਾਂ। ਮੈਂ ਜਿਹੜਾ ਕੁਛ ਸਾਰਾ ਸਮਾਨ ਜਿਹੜਾ ਅੰਦਰੋਂ ਕੱਢ ਲਿਆ ਤੇ ਦੋ ਚਾਰ ਪਾਈਆਂ ਵੀ ਰਹਿ ਗਈਆਂ, ਕਿਉਂਕਿ ਉੱਤੋਂ ਜਿਹੜਾ ਸੁਫੀਲ ਤੋਂ ਬਰਤਨ ਲਾਉਣੇ ਇਸ ਵਜ੍ਹਾ ਤੋਂ ਮੈਂ ਨਹੀਂ ਕੱਢੇ ਤੇ ਨਾਲ ਦੋ ਚਾਰ ਪਾਈਆਂ ਮੈਂ ਪਾ ਦਿੱਤੀਆਂ ਸ਼ੈਡ ਦੇ ਹੇਠ ਤੇ ਅੰਦਰੋਂ ਜਿਹੜਾ ਮੈਂ ਸਾਰੀ ਸਫਾਈ ਕਰਤੇ ਨਾ ਕਮਰੇ ਦੇ ਵਿੱਚੋਂ ਤੇ ਹੁਣ ਦਿਨ ਨੂੰ ਅਸੀਂ ਬਾਹਣਾ ਛੱਪਰ ਦੇ ਹੇਠ, ਕਿਉਂਕਿ ਕਾਫੀ ਹਵਾ ਲੱਗਦੀ ਹੈ ਤੇ ਨਾਲੇ ਜਿਹੜਾ ਖੁੱਲ੍ਹੀ ਜਗ੍ਹਾ ਹੈ ਤੇ ਅੰਦਰੋਂ ਮੈਂ ਪਹਿਲੇ ਤਾਂ ਬਰਤਨ ਲੈਂਦੀ ਹਾਂ, ਉਸ ਤੋਂ ਬਾਅਦ ਚਾਰ ਪਾਈਆਂ ਕੱਢ ਕੇ ਤੇ ਬਰਤਨ ਦੁਸਾਏ ਬਾਅਦ ਵਿੱਚ ਤੇ ਪਹਿਲੇ ਕਰ ਲਈ ਸਾਂ ਅੰਦਰੋਂ ਲਿਪਾਈ ਤਲੇ ਦੀ ਸਫਾਈ ਨਾਲ ਤੇ ਮੈਂ ਹੁਣ ਲਾ ਲੈਂਦੀ ਹਾਂ ਬਰਤਨ, ਉਸ ਤੋਂ ਬਾਅਦ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਕੀ ਹਾਲ ਮੇਰੇ ਭੈਣ ਭਾਈ? ਅਲਹਮਦੁਲਿਲਾ, ਠੀਕ ਹਾਂ। ਮੈਂ ਦੇਖ ਤੁਸੀਂ ਠੀਕ ਹੋ ਮੇਰੇ ਵਾਰ। ਅੱਜ ਨਾ ਘਰ ਦਾ ਕੰਮ ਹੋ ਚੁੱਕਾ ਜੀ ਸ਼ੁਰੂ, ਕਿਉਂਕਿ ਈਦ ਦੇ ਦਿਨ ਨਾ ਥੋੜ੍ਹੇ ਦਿਨ ਰਹਿ ਗਏ, ਅੰਮੀ ਹੋਰ ਆਖਿਆ ਜਲਦੀ ਜਲਦੀ ਕਰ ਲੈਂਦੇ ਹਾਂ ਇਹਦੀ ਸਫਾਈ, ਕਿਉਂਕਿ ਬਾਹਰਲੀ ਸਾਈਡ ਅਸੀਂ ਲਿਪਾਈ ਕੀਤੀ ਆਏ ਤੇ ਔਰ ਬਾਹਰੋਂ ਮਾਰਨਾ ਅਸੀਂ ਪੋਚਾ, ਕਿਉਂਕਿ ਉਹ ਕਿਚਨ ਤੋਂ ਮਾਰਨਾ ਤੇ ਅੰਮੀ ਹੋਰ ਜਿਹੜਾ ਅੰਦਰ ਦੀ ਸਫਾਈ ਕਰਨੀ, ਕੋਈ ਅੰਦਰ ਦਾ ਤਲਾ ਰਹਿ ਗਿਆ ਲਿਪਾਈ ਕਰਨ ਦਾ, ਅੰਮੀ ਹੋਰ ਉਹ ਕਰਨਾ ਤੇ ਨਾਲ ਨਾਲ ਆਪਣੇ ਪਿਆਰੇ ਵੀਵਰਾਂ ਨੂੰ ਸ਼ੇਅਰ ਕਰਨ ਦੇ ਜਸਾਂ। ਮੈਂ ਜਿਹੜਾ ਹੁਣ ਅੰਦਰ ਆ ਚੁੱਕੀ ਹਾਂ, ਕਿਉਂਕਿ ਮੈਂ ਲਾ ਲੈਂਦੀ ਹਾਂ ਬਰਤਨ ਚਾਰ ਪਾਈਆਂ ਹੇਠ ਪਈਆਂ, ਕਿਉਂਕਿ ਚਾਰ ਪਾਈਆਂ ਮੈਂ ਕੱਢਾ ਨਾ ਤੇ ਮੁੜ ਮੇਰਾ ਉਤਾਂ ਹੱਥ ਨਹੀਂ ਪੜਦਾ ਤੇ ਹੱਥ ਹੁਣ ਵੀ ਮੁਸ਼ਕਿਲ ਪੜਦਾ ਪਿਆ ਤੇ ਸਾਰੇ ਬਰਤਨ ਪਹਿਲੇ ਲਾ ਲੈਂਦੇ ਹਾਂ, ਉਸ ਤੋਂ ਬਾਅਦ ਚਾਰ ਪਾਈਆਂ ਵੀ ਕੱਢ ਲਈ ਸਾਂ, ਕਾਫੀ ਗੱਟਾ ਜਿਹੜਾ ਨਾ ਚੜੇ ਹੋਇਆ। ਆ ਪਹੁੰਚਿਆ ਜੀ ਬਾਹਰ, ਕਿਉਂਕਿ ਬਾਈ ਸਲੀਮ ਜਿਹੜਾ ਬਣਾ ਰਿਹਾ ਜੀ ਗਾਰਾ, ਕਿਉਂਕਿ ਬਾਈ ਸਲੀਮ ਆ ਚੁੱਕਾ ਜੀ ਪਾਣੀ ਭਰ ਕੇ। ਬਾਈ ਸਲੀਮ ਜਿਹੜਾ ਨਾਲ ਨਾਲ ਪਾਣੀ ਪਾ ਰਿਹਾ, ਕਿਉਂਕਿ ਮਿੱਟੀ ਉਸ ਜਿਹੜਾ ਤੋੜੀ ਵੀ ਰਲਾ ਦਿੱਤੀ ਔਰ ਮਿੱਟੀ ਵੀ ਪਾ ਦਿੱਤੀ ਹੈ। ਅਤੇ ਬਾਈ ਸਲੀਮ ਜਿਹੜਾ ਪਿਆਰੇ ਵੀਵਰਾਂ ਨੂੰ ਸਲਾਮ ਕਰਕੇ ਚਲਾ ਗਿਆ ਜੀ, ਫਿਰ ਪਾਣੀ ਭਰੇ ਨੇ ਔਰ ਉੱਪਰ ਜਿਹੜਾ ਜਿਤਨੀ ਅਸੀਂ ਮਿੱਟੀ ਬਣਾਉਣੀ ਉਤਨੀ ਬਾਈ ਸਲੀਮ ਜਿਹੜਾ ਬਣਾ ਦਿੱਤੀ ਹੈ, ਜਿਹੜੀ ਜਿਤਨੀ ਅਸੀਂ ਵਿੱਚ ਲਾਉਣੀ ਹੈ, ਕਿਉਂਕਿ ਜ਼ਿਆਦਾ ਮਿੱਟੀ ਬਹਿ ਵੀ ਨਾ ਖਰਾਬ ਹੋ ਜਾ, ਸਿੱਧੇ ਸਿਧਾ ਮਿੱਟੀ ਪਈ ਹੈ ਉਹ ਪਰਲੀ ਸਾਈਡ ਲਿਆ, ਮੋਰ ਦੀ ਤੋੜੀ ਵੀ ਪਈ ਹੈ, ਮਿੱਟੀ ਵੀ ਪਈ ਹੈ, ਇਹ ਸਾਡੀ ਵੀ ਤੋੜੀ ਪਈ ਹੈ ਟਾਟ ਦੇ ਵਿੱਚ ਕੱਜੀ ਹੋਈ, ਕਿਉਂਕਿ ਉਹਨਾਂ ਥਾਪੀਆਂ ਵਗੈਰਾ ਵੀ ਥੱਪਣੀ ਹੁੰਦੀਆਂ ਤੇ ਅਸੀਂ ਵਿੱਚ ਬੰਨ ਕੇ ਰੱਖੀ ਨਾ ਹਵਾ ਵਗੈਰਾ ਜਿਹੜਾ ਗੁਲਦੀ ਰਹਿ ਜਾਂਦੀ ਹੈ, ਫਿਰ ਉਹ ਜਿਹੜਾ ਉੱਡਦਾ ਰਹਿ ਜਾਂਦਾ ਤੋੜੀ। ਤੇ ਹੁਣ ਚੱਲਦੇ ਹਾਂ ਅੰਮੀ ਔਰ ਦੇ।
ਮੇਰੇ ਵੱਲ ਪਹੁੰਚਿਆ ਜੀ ਘਰ ਅਤੇ ਇਹ ਤੁਸੀਂ ਚੈੱਕ ਕਰ ਰਹੇ ਹੋ ਸੁਨਾਰ ਰਲਾ ਕੇ ਮੈਂ ਚੂਨਾ ਹੀ ਰੱਖ ਦਿੱਤਾ ਹੈ। ਚੂਨਾ ਕਿਹੜੀ ਵਜ੍ਹਾ ਤੋਂ ਰੱਖਿਆ ਜੀ? ਇਹ ਜਿਹੜਾ ਚੂਨਾ ਵੀ ਰਲਾਇਆ ਔਰ ਮਿੱਟੀ ਰਲਾਈ, ਇਹ ਪੋਚਾ ਬਣਾ ਕੇ ਮੈਂ ਰੱਖ ਦਿੱਤਾ। ਹੁਣ ਅੰਮੀ ਔਰ ਦੇ ਅੰਦਰ ਚੱਲੇ ਹਾਂ। ਅੰਮੀ ਤੁਸੀਂ ਕੀ ਕਰ ਰਹੇ ਹੋ? ਮੈਂ ਜਿਹੜਾ ਸਾਰਾ ਅੰਦਰੋਂ ਸਮਾਨ ਕਾਢ ਕੇ, ਕਿ ਉਹ ਸਾਰਾ ਤਾਂ ਨਹੀਂ ਕੱਢਿਆ, ਦਾਣਿਆਂ ਵਾਲੀ ਪੇਟੀ ਵੀ ਪਈ ਹੈ ਨਾਲ, ਜਿਹੜਾ ਦੂਸਰੀ ਪੇਟੀ ਵੀ ਪਈ ਹੈ ਅਤੇ ਉਹ ਤਾਂ ਮੈਂ ਨਹੀਂ ਕੱਢੀ, ਕਿਉਂਕਿ ਇਹਦੇ ਹਿੱਟ ਹੋ ਜਾ ਸੀ ਅੱਛੀ ਦੀ ਸਫਾਈ। ਪਹਿਲੇ ਦੇ ਲੈਂਦੀ ਹਾਂ ਝਾੜੂ, ਕਿਉਂਕਿ ਕਾਫੀ ਇੱਧਰ ਵੇਖੋ ਮਿੱਟੀ ਵਗੈਰਾ ਕਲਰ ਬਣ ਚੁੱਕਾ ਹੈ, ਕਮਰਾ ਨੀਵਾਂ ਨਾ, ਅਤੇ ਇਸ ਦੀ ਵਜ੍ਹਾ ਤੂੰ ਇਹ ਵੀ ਅਮੀ ਪੇਂਟ ਕਰਨਾ, ਇਹ ਮੋੜ ਕਰ ਸਾਂ ਇੱਕ ਵਾਰੀ ਤਾਂ ਪਹਿਲੇ ਲਈ ਪਾਈ ਕਰ ਲੈਂਦੇ ਹਾਂ। ਹਾਂਜੀ, ਇਹ ਸਾਰਾ ਜਿਹੜਾ ਇੱਥੇ ਪਾਣੀ ਮਗਰਲੇ ਮੋਰੀ ਗਲੀ ਦੇ ਵਿੱਚ ਸੱਟੀ ਰੱਖ ਦੇਣਾ, ਅਤੇ ਤਾਂ ਪਰ ਇੱਥੇ ਕਮਰਾ ਨੀਵਾਂ ਨਾ, ਅਤੇ ਇਸ ਗੱਲੋਂ ਇਹ ਸਿਲਾਬਾ ਚਾੜ ਕੇ ਅਤੇ ਕਾਫੀ ਜਿਹੜਾ ਕਲਰ ਦੀ ਸ਼ਕਲ ਬਣ ਜਾਂਦਾ। ਹਾਂਜੀ, ਅਤੇ ਅੱਲਾ ਦੇ ਸੀ ਅਤੇ ਅਸੀਂ ਕਮਰਾ ਉੱਚਾ ਵੀ ਸਾਂ, ਇਹ ਪਾਟ ਲਈ ਸਾਂ। ਹਾਂਜੀ, ਇਹਦਾ ਇਹਦਾ ਕਮਰਾ ਇੱਕ ਵੱਖਰੇ ਪਾਇਆ ਸੀ। ਹਾਂਜੀ, ਇਹਦਾ ਕਮਰਾ ਵੱਖਰੇ ਪਾਇਆ ਸੀ ਅਤੇ ਮੈਂ ਹੁਣ ਕਰ ਲੈਂਦੀ ਹਾਂ ਅੱਛੀ ਸਫਾਈ। ਉਸ ਤੋਂ ਬਾਅਦ ਸਲੀਮ ਬਣਾ ਰਿਹਾ ਗਾਰਾ, ਪਹਿਲੇ ਤਾਂ ਲਿਪਾਈ ਕਰ ਸਾਂ, ਕਿਉਂਕਿ ਅੰਦਰੂ ਤਲਾ ਖੁਸ਼ਕ ਹੋ ਜਾ ਸੀ। ਉਸ ਤੋਂ ਬਾਅਦ ਬਾਹਰਲਾ ਕੰਮ ਹੈ, ਕਿਉਂਕਿ ਕੱਪੜੇ ਵਗੈਰਾ ਦੋਵਣਿਆਂ ਨਾਲ ਚਾਰ ਪਾਈਆਂ ਅਤੇ ਬਰਤਾਂ ਨੇ, ਅਤੇ ਅੰਮੀ ਜਿਹੜਾ ਪੱਖਾ ਬੰਦ ਕਰ ਦਿੱਤਾ ਵੀ ਗੱਟਾ ਕਾਫੀ ਗੱਟਾ ਉੱਡਦਾ ਇੰਨਾ। ਪਹਿਲੇ ਮੈਂ ਆਖਿਆ ਪੱਖਾ ਬੰਦ ਕਰ ਅਤੇ ਝਾੜੂ ਲਾ ਲੈਂਦੇ ਹਾਂ, ਉਸ ਤੋਂ ਬਾਅਦ ਪੱਖਾ ਚਲਾ ਦੇ ਸਾਂ ਵੀ ਅੰਦਰ ਹਵਾ ਲੱਗਦੀ ਰਹਿ ਸੀ। ਮੈਂ ਜਿਹੜਾ ਸਾਰਾ ਝਾੜੂ ਵਗੈਰਾ ਦੇ ਲਿਆ ਅਤੇ ਆਟੇ ਵਾਲਾ ਜਿਹੜਾ ਟੱਪ ਉਹ ਤਾਂ ਮੈਂ ਨਹੀਂ ਕੱਢਿਆ, ਕਿਉਂਕਿ ਇੱਥੇ ਥੋੜ੍ਹਾ ਜਿਹਾ ਵੱਧ ਹੋਇਆ ਹੈ ਫਾਰਸ਼, ਅਤੇ ਬੱਗੀ ਜਿਹੜਾ ਉਹ ਕੀ ਕਰ ਰਿਹਾ। ਅਤੇ ਮੇਰੇ ਵਾਰ ਤੁਸੀਂ ਵੇਖ ਰਹੇ ਹੋ ਇੱਥੇ ਕਾਫੀ ਜਿਹੜਾ ਬੁਰਾ ਲੱਗ ਰਿਹਾ ਵੀਡੀਓ ਦੇ ਵਿੱਚ ਵੀ, ਅਤੇ ਉਂਝ ਵੈਸੇ ਹੀ ਬੁਰਾ ਲੱਗ ਰਹੀ। ਇਹਨੂੰ ਮੈਂ ਆਖਿਆ ਜੀ ਮੈਂ ਕਰ ਦਿੰਦਾ ਪੇਂਟ। ਅੰਮੀ ਹੋਰੀ ਆਖਿਆ ਵੀ ਚਲੋ ਤੁਸੀਂ ਪੇਂਟ ਕਰ ਦਿਓ, ਮੈਂ ਜਿਹੜਾ ਚੂਨਾ ਰਲਾਇਆ ਵੀ ਥੋੜ੍ਹੀ ਜਿਹੀ ਰੰਗ ਪੀਲੀ ਰਲਾਈਏ, ਅਤੇ ਇਹ ਜਿਹੜਾ ਅੱਛੀ ਤਰ੍ਹਾਂ ਲੱਗ ਜਾਏ ਸੀ ਜਿਸ ਟਾਈਮ ਹੋ ਜਾਏ ਸੀ ਨਾ ਖੁਸ਼ਕ, ਉਸ ਟਾਈਮ ਫਿਰ ਉੱਤੋਂ ਦੂਸਰੀ ਪਾੜ ਮਾਰ ਦੇ ਸਾਂ, ਕਿਉਂਕਿ ਇਹ ਬੜਾ ਵੀ ਆਈ ਪੀ ਲੱਗ ਸੀ। ਅਤੇ ਮੇਰੇ ਵੱਲ ਇਹ ਹਟਣਾ ਤਾਂ ਵੈਸੇ ਕੋਈ ਨਹੀਂ, ਅਸੀਂ ਆਖਿਆ ਵੀ ਹਟਾ ਦਿੰਦੇ ਹਾਂ। ਵੈਸੇ ਖਰਾਬ ਲੱਗ ਰਿਹਾ ਨਾ, ਕਾਫੀ ਬੁਰਾ ਲੱਗ ਰਿਹਾ, ਅਤੇ ਬੱਗੀ ਆਖਿਆ ਮੈਂ ਮਾਰ ਦਿੰਦਾ ਰੰਗ। ਉਸ ਤੋਂ ਬਾਅਦ ਤਲੇ ਦੀ ਕਰ ਲੈਂਦੇ ਹਾਂ ਲਿਪਾਈ, ਇਤਨੇ ਚਿਰ ਗਾਰਾ ਵੀ ਸਹੀ ਤਰ੍ਹਾਂ ਬਣ ਜਾਸੀ। ਅਤੇ ਗਾਰੇ 'ਤੇ ਟਾਈਮ ਲੱਗਦਾ ਹੁੰਦਾ ਨਾ, ਉਹ ਰੋੜੀ ਜਿਹੜੀ ਹੈ ਨਾ ਉਹ ਕਰਨੀ ਹੁੰਦੀ ਦੂਸਰੀ। ਬਰਤਨ ਸਾਰੇ ਜਿਹੜਾ ਮੈਂ ਲਾ ਕੇ ਕਾਢ ਦਿੱਤੇ ਨੇ ਬਾਹਰ, ਚਾਰ ਪਾਈਆਂ ਹੀ ਕਾਢ ਦਿੱਤੀਆਂ ਹਨ। ਮੇਰੇ ਵਾਰ ਤੁਸੀਂ ਵੇਖ ਰਹੇ ਸੋ ਪੋਚਾ ਮੈਂ ਬਣਾ ਕੇ, ਅਤੇ ਤੁਸੀਂ ਵੇਖ ਰਹੇ ਸੋ ਮੈਂ ਲਾ ਰਿਹਾ ਜੀ ਉੱਤਾਂ, ਅਤੇ ਪੋਚਣ ਜਿਹੜੇ ਅੱਛੀ ਤਰ੍ਹਾਂ ਸਫਾਈ ਹੁੰਦੀ ਆ ਸੀ, ਚੂਨਾ ਮੈਂ ਵੇਚ ਦਿੱਤਾ ਕਿਉਂਕਿ ਬੜਾ ਖੂਬਸੂਰਤ ਲੱਗ ਸੀ ਜਿਸ ਟਾਈਮ ਖੁਸ਼ਕ ਹੋ ਗਿਆ। ਅਤੇ ਬਾਕੀ ਇਹ ਆਲਾ ਮੈਂ ਮਿਟਾਵਣਾ, ਤੂੰ ਸਾਰੇ ਪਹਿਲੇ ਹੇਠਲੀ ਦੀਵਾਰ 'ਤੇ ਮਾਰੋ ਨਾ ਪੋਚਾ। ਹਾਂਜੀ, ਚਲੋ ਇਹ ਮੈਂ ਜਿਹੜਾ ਹੇਠਲੀ ਦੀਵਾਰ 'ਤੇ ਮਾਰ ਦਿੰਦਾ, ਪਹਿਲੇ ਜਿਹੜਾ ਹੇਠਲਾ ਹੇਠਲਾ ਹਿੱਸਾ ਕਾਢ ਲੈਣਾ ਬਈ ਫਿੰਡ ਕਰਨਾ ਪਵੇ। ਮੈਂ ਕਰ ਦਿੱਤੇ ਜੀ ਪੋਚੇ ਦੀ ਬਸ, ਕਿਉਂਕਿ ਬਾਈ ਸਲੀਮ ਆਖਿਆ ਮੈਂ ਮਰਿੰਦਾ, ਕਿਉਂਕਿ ਮੇਰਾ ਜਿਹੜਾ ਹੱਥ ਉੱਤਾਂ ਅੱਪੜ ਗਿਆ ਸੀ, ਕਿਉਂਕਿ ਮੇਰਾ ਹੱਥ ਉਸ ਪੇਂਟ ਤਾਂ ਹੀ ਨਾ ਹੀ ਅੱਪੜਦਾ। ਅਤੇ ਬਾਈ ਸਲੀਮ ਜਿਹੜਾ ਉਹ ਚੈੱਕ ਕਰੋ, ਕਿਉਂਕਿ ਨੰਦਾ ਹੱਥ ਜਿਹੜਾ ਉੱਤਾਂ ਅੱਪੜ ਜਾਂਦਾ ਔਰ ਸਾਰਾ ਪੇਂਟ ਜਿਹੜਾ ਮਿਟਾਈ ਆਉਂਦੇ ਨੇ, ਅਤੇ ਔਰ ਨਾਲ ਖੂਬਸੂਰਤੀ ਨਾਲ ਕੀਤੀ ਆਉਂਦੇ ਨੇ। ਅਤੇ ਕਿਉਂਕਿ ਮੇਰੀ ਵਾਰ ਮੈਂ ਕਰਨੇ ਜੀ ਦੋ ਕੰਮ, ਕਿਉਂਕਿ ਮੈਂ ਜਿਹੜਾ ਗਾਰਾ ਵੀ ਚਾਹ ਕੇ ਦੇਵਣਾ ਜੀ ਔਰ ਬਾਈ ਸਲੀਮ ਨੂੰ ਪੋਚਾ ਵੀ ਪਾ ਕੇ ਦੇਵਣਾ ਜੀ। ਅਤੇ ਬਾਈ ਸਲੀਮ ਸਹੀ ਵਾਜ ਰਿਹਾ? ਅਤੇ ਬਾਈ ਸਲੀਮ ਹੋਰ ਆਖ ਰਹੇ ਜੀ ਸਹੀ ਵਾਰ ਹੈ। ਚੱਲਣਾ ਅੰਮੀ ਔਰ ਮੈਂ ਕਚਾ ਦਿੱਤਾ ਜੀ ਗਾਰਾ। ਮੇਰੇ ਵਾਰ ਹੁਣ ਪਹੁੰਚ ਚੁੱਕੇ ਜੀ ਅਸੀਂ ਅੰਦਰ, ਅਤੇ ਅੰਮੀ ਮੈਂ ਜਿਹੜਾ ਸਾਰੀ ਬੁੱਖ ਦੇ ਕੇ ਝਾੜੂ, ਅਤੇ ਮੈਂ ਅੱਛੀ ਰੀ ਸੜ ਦਿੱਤਾ ਪਾਣੀ, ਕਿਉਂਕਿ ਪਾਣੀ ਬੰਦਾ ਜ਼ਿਆਦਾ ਸੱਟੇ ਨਾ, ਅਤੇ
ਗਾਰਾ ਤਿੜਕਦ ਨੇ ਲੇਪੀ ਅਤੇ ਬੱਗੀ ਆਪਣਾ ਕੰਮ ਕੀਤਾ ਹੈ, ਮੈਂ ਕਰ ਰਹੀ ਹਾਂ ਆਪਣਾ, ਸਲੀਮ ਕਰ ਰਿਹਾ ਹੈ ਆਪਣਾ, ਕਿਉਂਕਿ ਅੱਜ ਅਸੀਂ ਸਾਰੇ ਰਲ ਮਿਲ ਕੇ ਜਲਦੀ ਜਲਦੀ ਜਿਹੜਾ ਸਫਾਈ ਕਰ ਲੈਂਦੇ ਹਾਂ, ਕਿਉਂਕਿ ਸਾਰੇ ਰਲ ਮਿਲ ਤੇ ਕਰਨ ਤਾਂ ਜਲਦੀ ਕੰਮ ਮੁੱਕ ਜਾਂਦਾ। ਅਤੇ ਬੱਗੀ ਮੈਨੂੰ ਮਿੱਟੀ ਵੀ ਲਿਆ ਦਿੱਤੀ ਹੈ ਅਤੇ ਮੈਂ ਨਾਲ ਗਿੜਮਾਲਾ ਹੀ ਲਾ ਕੇ ਆ ਚੁੱਕੀ ਹਾਂ। ਹੁਣ ਮੈਂ ਲੈ ਸਟੇਨੀ ਹਾਂ ਨਾਲ ਮਿੱਟੀ ਅਤੇ ਮਾਰ ਦਿੰਦੇ ਹਾਂ ਗਿੜਮਾਲਾ। ਪਹਿਲਾਂ ਤਾਂ ਮੈਂ ਇਡਲੀ ਕੰਨੀ ਕੰਨੀ ਨਾਲ ਲਿਪਾਈ ਕਰ ਲੈਂਦੀ ਹਾਂ, ਇਦੂ ਜਲਦੀ ਖੁਸ਼ਕ ਹੋ ਜਾਸੇ। ਗਾਰਾ ਤਾਂ ਸਹੀ ਬਣ ਗਿਆ ਬੱਗੀ। ਹਾਂਜੀ, ਬੜਾ VIP ਗਾਰਾ ਬਣ ਗਿਆ। ਅਤੇ ਮਿੱਟੀ ਮੈਂ ਪਾ ਦਿੱਤੀ ਹੈ ਅਤੇ ਹੁਣ ਮਾਰ ਦਿੰਦੀ ਹਾਂ ਗਿੜਮਾਲਾ। ਮਿੱਟੀ ਸਹੀ ਬਣੀ ਹੋਵੇ ਤਾਂ ਗਿੜਮਾਲਾ ਵੀ ਸਹੀ ਵੱਜਦਾ। ਅਤੇ ਮੇਰੇ ਵੱਲ ਅੰਮੀ ਜਿਹੜਾ ਨਾਲ ਨਾਲ ਲਿਫਾਈ ਕਰ ਲਈ ਅਤੇ ਬਾਈ ਸਲੀਮ ਦੋਨੀ ਸਾਈਡ ਵੱਲ ਮਾਰਿਆ ਜੀ ਜਾੜੋ, ਕਿਉਂਕਿ ਅੱਛੀ ਤਰ੍ਹਾਂ ਜਿਹੜਾ ਸਫਾਈ ਕੀਤੀ ਆਉਂਦਾ, ਮੇਰੇ ਪੋਚਾ ਵੀ ਅੱਛੀ ਤਰ੍ਹਾਂ ਬੜਾ VIP ਵੱਜਿਆ ਅਤੇ ਇਹ ਸਾਰੇ ਅੰਮੀ ਬਰਤਨ ਵਗੈਰਾ ਬਾਹਰ ਕੱਢ ਦਿੱਤੇ ਨੇ ਬਈ, ਬਰਤਨ ਜਿਹੜਾ ਦੁਬਾਰੇ ਸਾਰੇ ਦੋਣੀ ਜਿਹੜੀ ਸਾਈਡ ਵੱਲ ਤੁਸੀਂ ਸਾਰੀ ਮਿੱਟੀ ਚੈੱਕ ਕਰੋ, ਮਿੱਟੀ ਮਿੱਟੀ ਹੋਈ ਪਈ ਹੈ। ਅਤੇ ਔਰ ਬਾਕੀ ਬਾਈ ਸਲੀਮ ਆਪਣੀ ਸਫਾਈ ਕਰ ਰਿਹਾ, ਸਫਾਈ ਕਰਕੇ ਥੋੜ੍ਹਾ ਉਧਰੀ ਸਾਈਡ ਵੱਲ ਥੋੜ੍ਹਾ ਜਿਹਾ ਪੋਚਾ ਵੱਜ ਚੁੱਕਾ, ਜਿਹੜੀ ਸਾਈਡ ਵੱਲ ਵੱਜ ਚੁੱਕਾ, ਕਿਉਂਕਿ ਅਸੀਂ ਨਲਕੇ ਤਾਂ ਹੀ ਮਾਰਨਾ ਜਿਹੜਾ ਇਹ ਵੱਲਾਂ ਦਾ ਫਰੇਮ ਬਣਿਆ, ਇੱਥੋਂ ਤਾਂ ਹੀ ਇਹ ਵਾਲਾ ਜਿਹੜਾ ਆਧ ਵਿਚਾਲੇ ਵਾਲਾ ਫੁੱਲ ਖੜਾ ਨਲਕੇ ਦੇ ਨਾਲ ਵਾਲਾ, ਇਹ ਵੀ ਅਸੀਂ ਮਿਟਾ ਦੇਣਾ। ਮਾਸ਼ਾਅੱਲਾ ਜਿਹੜਾ ਇੱਕ ਹਿੱਸਾ ਲਿੰਬੀ ਚੁੱਕਾ, ਦੋ ਹਿੱਸੇ ਰਹਿ ਗਿਆ, ਉਹ ਮੈਂ ਜਲਦੀ ਜਲਦੀ ਨਾਲ ਲਿਪਾਈ ਕਰ ਲੈਂਦੀ ਹਾਂ, ਕਿਉਂਕਿ ਧੁੱਪ ਹੋ ਜਾਵੇ ਨਾ ਵਿਹੜੇ ਦੇ ਵਿੱਚ, ਛਾਂ ਚਲੀ ਜਾਵੇ ਤਾਂ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ। ਪਹਿਲਾਂ ਜਲਦੀ ਜਲਦੀ ਨਾਲ ਅੰਦਰੋਂ ਤਲੇ ਦੀ ਮੈਂ ਲਿਪਾਈ ਕਰ ਲੈਂਦੀ ਹਾਂ, ਉਸ ਤੋਂ ਬਾਅਦ ਬਰਤਨ ਵੀ ਧੋਵਣੇ ਅਤੇ ਹੇਠ ਫੇਟੀ ਦੇ ਵੀ ਮੈਂ ਸਾਰੀ ਲਿਪਾਈ ਕਰ ਦਿੱਤੀ ਹੈ, ਇਡਲੀ ਸਾਈਡ ਦੀ ਵੀ ਸਾਰੀ ਹੋ ਚੁੱਕੀ ਹੈ। ਅਤੇ ਨਾਲ ਬੱਗੀ ਜਿਹੜਾ ਮੈਨੂੰ ਗਾਰਾ ਵੀ ਦੇ ਰਹੀ ਆ ਅਤੇ ਲਿਪਾਈ ਵੀ ਕਰਾ ਰਿਹਾ ਹੈ। ਮਿੱਟੀ ਮੈਂ ਸੱਟ ਦਿੱਤੀ ਹੈ ਅਤੇ ਹੁਣ ਮੈਂ ਮਾਰ ਦਿੰਦੀ ਹਾਂ ਗਿੜਮਾਲਾ। ਮੇਰੇ ਵਾਰ ਹੁਣ ਚੱਲਣਾ ਹੈ ਬਾਈ ਸਲੀਮ ਲੈ, ਬਾਈ ਸਲੀਮ ਕਿਤਨਾ ਕੰਮ ਕਰ ਲਿਆ ਅਤੇ ਇਡਲੀ ਸਾਈਡ ਜਿਹੜਾ ਉਤਲਾ ਸਾਰਾ ਹੋ ਚੁੱਕਾ ਹੈ ਅਤੇ ਇਡਲੀ ਸਾਈਡ ਬਾਈ ਸਲੀਮ ਹੁਣ ਠਮਾਰਿਆ ਜੀ ਕਿਚਨ, ਅਤੇ ਕਿਚਨ ਦੀ ਸਫਾਈ ਜਿਹੜਾ ਅੱਛੀ ਤਰ੍ਹਾਂ ਬਾਈ ਸਲੀਮ ਕਰ ਦਿੱਤੀ ਹੈ। ਅਤੇ ਇਹ ਜਿਹੜੀਆਂ ਹੇਠ ਦੀਆਂ ਫਿਨਗਾਂ ਪਈਆਂ ਨੇ ਇਹ ਵੀ ਕਾਜ ਦੇ ਹੈ ਵੀ, ਉੱਥੋਂ ਸਾਰਾ ਮਾਰ ਦੇਵੇ ਉਹਲੀ ਸਾਈਡ ਲਈ, ਇਹ ਸਾਰਾ ਜਿਹੜਾ ਇਹ ਵਾਲਾ ਪੋਚਾ ਇੱਥੋਂ ਤਾਈਂ ਬਾਲਟੀ ਤਾਈਂ ਵੱਜ ਜਾਣਾ ਇਹਨਾਂ ਸਾਈਡਾਂ ਤਾਈਂ, ਅਤੇ ਇਹ ਜਿਹੜੇ ਉਤਲੇ ਛੱਡ ਦੇਣਾ ਇਹਨਾਂ ਤਾਈਂ ਬਾਈ ਸਲੀਮ ਪੋਚਾ ਮਾਰ ਦੇਣਾ। ਅਤੇ ਬਾਕੀ ਬਾਈ ਸਲੀਮ ਸੀੜੀ ਇੱਧਰ ਚਾਕ ਰੱਖ ਦਿੱਤੀ ਹੈ ਪੌੜੀ। ਅੰਦਰੋਂ ਜਿਹੜਾ ਸਾਰੀ ਮੈਂ ਲਿਪਾਈ ਕਰ ਲਈ ਹੈ ਕਮਰੇ ਦੀ ਅਤੇ ਹੁਣ ਮੈਂ ਆ ਚੁੱਕੀ ਹਾਂ ਬਾਹਰ, ਕਿਉਂਕਿ ਬਰਤਨ ਵੀ ਧੋਨੇ ਆ ਅਤੇ ਨਾਲ ਜਿਹੜਾ ਮਿੱਟੀ ਵਾਲੀ ਬਾਲਟੀ ਜਿਹਦੇ ਨਾਲ ਮਿੱਟੀ ਬੱਗੀ ਮੈਨੂੰ ਦਿੰਦਾ ਰਿਹਾ ਅਤੇ ਇਹਦਾ ਬਣਾਇਆ ਸਲੀਮ ਪੋਚਾ, ਸਲੀਮ ਸਾਰਾ ਪੋਚਾ ਵੀ ਮਾਰ ਲਿਆ ਸਾਰਾ ਚੋਲਾ ਛੱਡ ਦੇ ਹੇਠਾਂ। ਅਤੇ ਸਲੀਮ ਜਿਹੜਾ ਅੱਗੂ ਪਿੱਛੋਂ ਜਿਹੜਾ ਚੋਲੇ ਦੀ ਚੁੰਡ ਰਲਾ ਕੇ ਬੱਧੀ ਹੋਈ ਵੀ ਕੱਪੜੇ ਨਾ ਖਰਾਬ ਆਵਣ, ਕੱਪੜੇ ਮੁੜ ਵੀ ਖਰਾਬ ਹੋ ਗਏ ਸਾਰੇ, ਕਿਉਂਕਿ ਸਾਰਾ ਹੀ ਪੋਚਾ ਸਲੀਮ ਮਾਰਿਆ, ਸਫਾਈ ਦਾ ਕਾਫੀ ਪਿਆਰਾ ਲੱਗ ਰਿਹਾ। ਜਿਸ ਟਾਈਮ ਜ਼ਿਆਦਾ ਖੁਸ਼ਕ ਹੋਇਆ ਉਸ ਟਾਈਮ ਅੱਛਾ ਲੱਗ ਸੀ। ਅਤੇ ਮੈਂ ਪਹਿਲੇ ਖਾਡਾ ਧੋ ਲੈਂਦੀ ਹਾਂ, ਉਸ ਤੋਂ ਬਾਅਦ ਦੋਸਾਂ ਬਰਤਨ, ਖਾਡੇ 'ਚ ਕਾਫੀ ਜ਼ਿਆਦਾ ਮਿੱਟੀ ਹੋਈ ਪਈ ਹੈ। ਜਿਹੜਾ ਸਾਰਾ ਕੰਮ ਹੋ ਚੁੱਕਾ ਹੈ ਮੁਕੰਮਲ, ਲਿਪਾਈ ਦਾ ਜਿਹੜਾ ਅੰਮੀ ਅੰਦਰੋਂ ਕਰਨਾ ਹੈ ਤਲੇ ਦੀ ਲਿਪਾਈ, ਅਤੇ ਉਹ ਹੋ ਚੁੱਕੀ ਹੈ ਮੁਕੰਮਲ। ਅਤੇ ਬਾਕੀ ਅੰਮੀ ਦੋ ਰਹੀ ਜੀ ਬਰਤਨ, ਜਿਹੜੇ ਅੰਮੀ ਬਰਤਨ ਲਾਇਆ ਉਹ ਅੰਮੀ ਤੁਹਾਨੂੰ
ਜਿਹੜਾ ਬਰਤਨ ਧੋ ਰਹੀ ਉਹ ਅੰਮੀ ਤੁਹਾਨੂੰ ਵਿਖਾ ਦਿੰਦੀ। ਮੈਂ ਜਿਹੜਾ ਸਾਰੇ ਬਰਤਨ ਲਿਆ ਕੇ ਆ ਚੁੱਕੀ ਹਾਂ ਖੁਰੇ ਦੇ ਵਿੱਚ ਨਲਕੇ 'ਤੇ, ਕਿਉਂਕਿ ਇੱਥੇ ਵੀ ਧੋਵਣੇ ਹਨ ਸਾਰੇ ਬਰਤਨ ਬਹੁਤ ਜ਼ਿਆਦਾ ਨਾ, ਮੈਂ ਬਾਹਰ ਪਾਣੀ ਭਰ ਕੇ ਨਹੀਂ ਧੋ ਸਕਦੀ ਅਸੂੰ। ਅਤੇ ਮੈਂ ਜਿਹੜਾ ਅੱਛੀ ਰੀਤ ਪਹਿਲੇ ਬਰਤਨ ਧੋ ਕੇ ਰੱਖੀ ਆਪਣੀ ਖੁਸ਼ਕ ਹੋਣ ਵਾਸਤੇ, ਜਿਸ ਟਾਈਮ ਖੁਸ਼ਕ ਹੋ ਗਏ ਉਸ ਟਾਈਮ ਅਸੀਂ ਅੰਦਰ ਜ਼ੋਰ ਦੀ ਸਾਂ ਸੁਫੀਲ, ਅਤੇ ਪਹਿਲੇ ਅੰਦਰੋਂ ਵੀ ਇਤਨੇ ਚਾਰੇ ਖੁਸ਼ਕ ਹੋ ਜਾ ਸੀ, ਕਿਉਂਕਿ ਅੱਜ ਲਿਪਾਈ ਮੈਂ ਕੀਤੀ ਹੈ ਗਿੜਮਾਲੇ ਦੇ ਨਾਲ। ਅਤੇ ਅੱਛੀ ਰੀਤ ਪਹਿਲੇ ਬਰਤਨ ਧੋ ਲੈਂਦੇ ਹਾਂ, ਉਸ ਤੋਂ ਬਾਅਦ ਜੋੜ ਲਈ ਸਾਂ, ਅਤੇ ਨਾਲ ਜਿਹੜੀ ਨਵੀਆਂ ਮੰਜੀਆਂ ਨੇ ਉਹ ਮੈਂ ਪਾ ਦਿੱਤੀਆਂ ਸ਼ੈਡ ਦੇ ਹੇਠ, ਵੀ ਬਾਹਰ ਖਰਾਬ ਨਾ ਹੋ ਜਾਵੇ, ਰੰਗ ਇਹਨਾਂ ਦੀ ਖਰਾਬ ਹੋ ਜਾਂਦੀ ਧੁੱਪ 'ਤੇ। ਬਾਕੀ ਅੰਮੀ ਦਾ ਕੰਮ ਇਹ ਬਟਣਾ ਦਾ ਰਹਿ ਗਈ, ਇਹ ਅੰਮੀ ਧੋ ਲੈਂਦੀ। ਬਾਕੀ ਜਿਹੜੇ ਮੰਜੀਆਂ ਨੇ ਉਹ ਅਸੀਂ ਸੁਬਾਹ ਦਿਸਾਂ ਹੈ, ਅਤੇ ਬਾਕੀ ਇਹ ਸੁਬਾਹ ਸ਼ਾਮ ਤੜੀ ਜਿਹੜਾ ਉਹ ਹੋ ਜਾ ਸੀ ਖੁਸ਼ਕ। ਮੈਂ ਨਾ ਹੁਣ ਹੋ ਜਾਣਾ ਹੈ ਨਾ ਅੰਮੀ? ਹਾਂਜੀ ਸ਼ਾਮ ਤਾਂ ਖੁਸ਼ਕ ਹੋ ਗਿਆ ਸੀ। ਹਾਂਜੀ, ਅਤੇ ਸ਼ਾਮ ਤਾਂ ਜਿਹੜੀ ਅੰਮੀ ਹੋਰੀ ਆਖ ਰਹੇ ਖੁਸ਼ਕ ਹੋ ਗਿਆ ਸੀ, ਅਤੇ ਫਿਰ ਆਪਾਂ ਮੰਜੀਆਂ ਪਾ ਦੇ ਸਾਂ। ਅਸੀਂ ਆਖਿਆ ਵੀ ਦੋ ਮੰਜੀਆਂ ਹੀ ਨਵੀਆਂ ਧੋ ਕੇ ਅਤੇ ਅੰਦਰ ਜੋੜ ਲਈ ਸਾਂ, ਅਤੇ ਅਸੀਂ ਜਿਹੜਾ ਨਾਲ ਮੰਜੀਆਂ ਵੀ ਦੋਨੇ ਹੈ, ਅਤੇ ਕਾਫੀ ਧੋ ਵੀ ਚੱਲ ਚੁੱਕੀ ਹੈ, ਅਤੇ ਨਾਲ ਨਾਲ ਆਪਣੇ ਪਿਆਰੇ ਵੀਵਰਾਂ ਨੂੰ ਸ਼ੇਅਰ ਵੀ, ਅਤੇ ਨਾਲ ਜਿਹੜਾ ਸਲੀਮ ਪੋਚਾ ਮਾਰਿਆ ਕਾਫੀ ਪਿਆਰਾ ਪਿਆਰਾ ਹੋ ਰਿਹਾ। ਪੋਚਾ ਬਣਾਇਆ ਮੈਂ ਹੀ, ਵੈਸੇ ਬੜਾ ਖੂਬਸੂਰਤ ਲੱਗ ਰਿਹਾ ਨਾ ਮੈਂ। ਹਾਂਜੀ, ਬਾਕੀ ਅੱਗੂ ਕਿਚਨ ਦੇ ਤਾਂ ਨਹੀਂ ਮਾਰਿਆ, ਉਹ ਫੁੱਲ ਜਿਹੜਾ ਬਹੁਤ ਪਿਆਰੇ ਪਿਆਰੇ ਲੱਗਦੇ ਹਨ, ਅਤੇ ਜਿਹੜੀ ਇਹਨਾਂ ਕਿਚਨ ਦੀ ਦੀਵਾਰ ਉਹ ਸਾਰੀ ਤਾਂ ਹੀ ਪੋਚਾ ਮਾਰ ਦਿੱਤਾ ਸਲੀਮ। ਹਾਂਜੀ, ਮੇਰੇ ਵਾਰ ਅੱਜ ਦਾ ਵਲੋਗ ਤੁਹਾਨੂੰ ਚੰਗਾ ਲੱਗੋ ਸੀ, ਅੱਜ ਦੇ ਵਲੋਗ ਤੱਕ ਰਹਿੰਦੇ ਪਏ ਥਾਈ ਐਂਡ ਸੁਬਹ ਨਵੇਂ ਵਲੋਗ ਮਿਲਸਾਂ। ਅਤੇ ਮੇਰੇ ਵਾਰ ਮੇਰੀ ਟਿਕਟੋਕ ਦੀ ਆਡੀਅੰਸ ਸਪੋਰਟ ਕੀਤੀ ਕਰੋ, ਬੱਗੀ ਫੈਮਿਲੀ 5 ਸਕਤਾਰੀ, ਔਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ, ਮੇਰੇ ਚੈਨਲ ਸਪੋਰਟ ਕੀਤੀ ਕਰੋ। ਸੁਬਹ ਨੈਕਸਟ ਡੇ ਮਿਲਸਾਂ, ਅੱਲਾ ਹਾਫਿਜ਼।